ਬਸ ਜੀ ਬਣਾਈ ਹੋਈ ਹੈ ਨਾ ਹੁਣ ਤਾਰ ਨਾਟ ਹੈ ਕੋਈ ਹੋਰ ਨਾਟ ਮੂਰੇ ਲਿਆ ਹੈ ਕੋਈ ਇੱਕ ਬਾਜ਼ਦਾਰੀਆਂ ਅੱਖੀਆਂ ਸੱਸੇ ਕੇ ਰਹਿ ਗਿਆ ਬਾਜ਼ ਵਿਚਾਰਾ ਜਮਨਾਂ ਨੂੰ ਤੇ ਲੱਖਾਂ ਜਮਨੇ ਮਾਵਾਂ ਨੇ ਕਿਤੇ ਗੱਲ ਨੂੰ ਲਿਖਿਆ ਹੁਣ ਕਹੀ ਹੋਏ ਜਿਹੜੀ ਗੱਲ
ਇਨਸਾਫ ਨੂੰ ਲੈ ਕੇ 11 ਮਹੀਨੇ ਲਗਾਈ ਦੇ ਵਿੱਚ ਕੀ ਕਰ ਸਕਦੇ ਐਡੀ ਵੱਡੀ ਗੱਲ ਸੀ ਸਿੰਪਲ ਜੀ ਗੱਲ ਸੀ ਸਿੱਧੀ ਜੇ ਪਹਿਲੇ ਨਹੀਂ ਕਰਕੇ ਮਹੀਨੇ ਦੇ ਵਿੱਚ ਕਿਹੜਾ ਨਿਬੜ ਦੀ ਸੀ ਪਰ ਇਹਨੂੰ ਨਵਾਂ ਕਿਹਾ ਜਾ ਕਿਉਂਕਿ ਜਿਹਨਾਂ ਦਾ ਨਾਮ ਲੈ ਲਓ ਸਾਰੇ ਬੰਦੇ ਕੰਮ ਉਹ ਕਿਸੇ ਪੱਖੋਂ ਵੀ ਡਰ ਨਹੀਂ ਉਹ ਜਿਹੜਾ ਮੇਰੇ ਪੁੱਤੇ ਪਹਿਲਾ ਪਰਚਾ ਦਿੱਤਾ ਸੀ ਕੈਪਟਨ ਦਾ ਉਹ ਅਸਲੀ ਜਗਦੀਪ ਸਿੱਧੂ ਸੀ ਜਿਹਨੇ ਮੇਰੇ ਦੋਸਤ ਨੂੰ ਵੀ ਕਿਹਾ ਸਮਝਾਇਆ ਸਵਾਲ ਮੈਨੂੰ ਉਸਤਾਦ ਤੋਂ ਮਾਫੀ ਮੰਗੀ ਮੈਂ ਹੋਰ ਵੀ ਪੇਸ਼ ਕਰ ਸਕਦਾ ਛੋਟੀ ਸੀ ਇਹਨਾਂ ਦੇ ਹੌਸਲੇ ਪੈ ਗਏ ਮੇਰੇ ਘਰ ਤੱਕ ਬਣ ਗਏ ਦਿਖਾਓ ਅਸੀਂ ਉਹ ਵੀ ਮੈਂ ਮੇਰੇ ਪੁੱਤ ਦਾ ਜਨਮ ਹੈ ਬਣ ਕੇ ਲਿਖਿਆ ਪੰਜ ਸਾਲ ਅਸੀਂ ਕੈਨੇਡਾ 'ਚ ਵੀ ਛੋਟ ਆਏ ਦਿੱਲੀ 'ਚ ਵੀ ਲੱਗ ਸਾਨੂੰ ਬੜੇ ਮਾੜੇ ਬੰਦੇ ਸਾਡੇ ਵਿੱਚ ਰਹੇ ਜਿਹੜੇ ਆਪ ਹੀ ਫੋਨ ਕਰਵਾਉਂਦੇ ਹੁੰਦੇ ਸੀ ਆਪ ਹੀ ਸਾਡੀਆਂ ਲੜਾਈਆਂ ਪਰ ਅਸੀਂ ਉਹ ਬਾਹਰ ਕਰਨ ਲੈਣ ਨਹੀਂ ਜਾਂਦਾ ਸੀ ਉਹ ਕੀ ਕੁੜੀ ਨਾ ਜਿਹੜਾ ਸੁਪਰ ਸਟਾਰ ਬਣਿਆ ਨੂੰ ਦੁਨੀਆ ਦੀ ਕੋਈ ਸੈਲੀਬ੍ਰਿਟੀ ਬਣਿਆ ਸ਼ਾਇਦ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਮਜ਼ੋਰ ਮੰਨਦਾ ਸੀ ਜਿਹੜੇ ਗੁੰਡੇ ਨੇ ਇਹਨਾਂ ਦੀਆਂ ਫੌਜਾਂ ਵੱਡੀਆਂ ਨੇ ਮੈਨੂੰ ਸ਼ਾਇਦ ਪੋਲਿਟਿਕਸ ਜੁਆਇਨ ਕਰਨੀ ਚਾਹੀਦੀ ਮੈਨੂੰ ਸ਼ਾਇਦ ਉਹ ਖੁਸ਼ ਪਾ ਦੇਣੀ ਉਹਨੇ ਪੈਸਾ ਉਹਨੇ ਬਹੁਤ ਕਮਾਇਆ ਸੀ ਨਾ ਉਹਦੀ ਅੱਗੇ ਬਹੁਤੀ ਪੈਸਾ ਕਮਾਉਣ ਦੀ ਇੱਛਾ ਸੀ ਨੰਬਰ 2 ਤੇ ਮਾਨ ਮੇਰੇ ਹੱਥ ਕਰਕੇ ਮੈਂ ਕੰਨੇ ਉਹ ਫੌਜ ਚੁੱਕ ਕਰੇ ਆਇਆ ਉਹ ਜਸਟਿਸ ਲਾਰੈਂਸ ਕਹਿੰਦਾ ਮੈਂ ਗੌਸ਼ਾਲਾ ਖੋਲੂੰਗਾ ਉਹ ਗੌਸ਼ਾਲਾ ਮੈਂ ਖੋਲੋ ਕਿ ਉਹ ਵੀ ਸ਼ਾਲਾ ਖੋਲੋ ਕਿਸੇ ਇਨਸਾਨ ਸੁੱਖ ਦਾ ਸਾਹ ਲੈ ਲੈਣ ਬਿਨਾਂ ਤੌਰ ਤੋਂ ਜ਼ਿੰਦਗੀ ਜਿਉ ਲੈਣ ਇਹੋ ਜਿਹਾ ਪ੍ਰਬੰਧ ਕਰ ਦੋ ਕਹਿੰਦਾ ਮੈਂ ਇੱਕ ਵਾਰ MLA ਵੇਖਿਆ ਸੜਕ ਤੋਂ ਰੋੜੇ ਪਾਸੇ ਕਰੀ ਜਾਂਦਾ ਨਾਲ ਵੀਡੀਓ ਬਣਾਈ ਜਾਂਦਾ ਮੈਨੂੰ ਵੇਖਣ ਨੂੰ ਬੜਾ ਲੱਗਿਆ ਮੈਂ ਕਿਹਾ ਹੁਣ ਇਹ ਵੀ ਕਹੂੰਗਾ ਦੇਖ ਭਗਤੀ ਵਾਲਾ ਟੈਗ ਜੋ ਮੈਨੂੰ ਰੋੜੇ ਦਾ ਹੁਕਮ ਨੇ ਜ਼ਿੰਦਗੀ ਦੇ ਰਾਹ ਜਿਉਣ ਲਈ ਰੋੜੇ ਨੇ 150 ਰੋੜਾ ਜਿਹੜਾ ਜਿਹਨਾਂ 'ਚ ਬੈਠਾ ਹੈ ਕੀ ਅਹਿਮਤ ਕਰੋ ਸਾਹ ਕਦ ਤੱਕ ਅਸੀਂ ਬੈਠਾ ਕੇ ਟੈਂਟ ਪਾਵਾਂਗੇ ਆਹ ਵੀਰੋ ਮੇਰਾ ਗੋਦੀ ਪੈਂਦਾ 6 ਸਾਲ ਦਾ ਮਸੂਮ ਬੇਰਹਿਮੀ ਦੇ ਨਾਲ ਸਿਰ 'ਚ ਗੋਲੀ ਮਾਰ ਕੇ ਮਾਰਦਾ ਮੈਂ ਘਰੇ ਜਾ ਕੇ ਆਇਆ ਵੀਰੋ ਸਾਰਾ ਵਿਹੜਾ ਖੂਨਾ ਭਰਿਆ ਪਿਆ ਤਾਲਾ ਚੜ੍ਹਦੇ ਮੈਂ ਦੇਖ ਕੇ ਕੀ ਉਹੋ ਜਿਹੇ ਗੁਨਾਹ ਨਾਲ ਜਫਾ ਕਰਨੇ ਚਾਹੀਦੇ ਹੱਥ ਖੜੇ ਕਰਕੇ ਦੱਸੋ ਫੈਕਟਰੀ ਚੱਲਦੀ ਹੈ ਫਿਰ ਉਹਨਾਂ ਦੇ ਖਿਲਾਫ਼ ਫੌਜੀਆਂ ਮੰਗਣ ਲੱਗ ਜਾਣਗੇ ਜਾਂ ਕਿਸੇ ਨੂੰ ਮਾਰ ਦੇਣਗੇ ਜਿਹੜਾ ਬੰਦਾ ਨਹੀਂ ਮੰਨੂਗਾ ਸਾਡਾ ਕੀ ਰੋਲ ਸਾਰੇ ਪੁੱਛਦੇ ਹੈ ਆਪਾਂ ਗੱਲਾਂ ਕਾਫੀ ਕਰ ਰਹੇ ਨੇ ਉਹ ਰਹੀ ਗੁੰਡੇ ਬਾਰੇ ਗੱਲ ਔਰ ਉਹਨੂੰ ਨੈਸ਼ਨਲਿਸਟ ਬਣਾਇਆ ਜਾ ਰਿਹਾ ਇੱਥੇ ਆ ਕੇ ਮੈਨੂੰ ਮੈਂ ਬਹੁਤਾ ਸੋਣਾ ਨਹੀਂ ਵੀਰੋ ਇੱਕ ਮੈਂ ਆਮ ਜ਼ਿਮੀਦਾਰ ਪਰ ਮੈਨੂੰ ਸਮਝ ਆਉਂਦੀ ਹੈ ਇੱਥੇ ਆ ਕੇ ਕਿ ਮੇਰੇ ਮਾਸਟਰ ਮਾਈਂਡ ਕਿਉਂ ਨਹੀਂ ਬਣੇ ਜਾ ਰਹੇ
एक-एक संतारी, छह पेस्टला, जुआ से रातला, कितनी बंदे ने वो लोग और वो सारे बिना पैसे तो आगे सारे ने पैसे नहीं खपर कम किया। छह बंदे मेरे पुत्र मारने वास्ते आए, उन्ना जो पांच मेरे पुत्र जान दे रही थी भी सिद्धू आए कौन है? ता फिर ऊपर जेकी ने मेरे आ सवाल ने सारे सरकार उस सवाल ने जवाब दे रहे कि मैं ये नहीं कहता कि तू फाइल आ दो मैंने पता तू किस सजा नहीं देनी किसे पर मेरी लड़ाई मेरा चला गया वापस नहीं होना पुत्र मैं लड़ता जेड़े ए बैठे ने इन्ना नाल भी इहो जिहियां हरकतां करनगे जे तुसी मेरे पुत्र नूं सच्ची संभाली चाहुंदे हो सानूं इस गल दे उत्ते ध्यान देना पऊगा ਇਹ ਸਰਕਾਰਾਂ ਆਹ ਸਰਕਾਰ ਤਾਂ ਆਪਾਂ ਬਿਲਕੁਲ ਪੰਜਾਬ ਗਹਿਣੇ ਕਰਤਾ ਦਿੱਲੀ ਕੋਲੇ ਤਾਂ ਮੇਰੀ ਗੱਲ ਮੰਨ ਲਓ ਇਹਨਾਂ ਕੋਲੇ ਕਿਸੇ ਮੰਤਰੀ ਕੋਲੇ ਨਾ ਸੀਐਮ ਕੋਲੇ ਇੰਨੀ ਪਾਵਰ ਨਹੀਂ ਵੀ ਕਿਸੇ ਗੱਲ ਦੇ ਉੱਤੇ ਖੁੱਲ੍ਹ ਕੇ ਫੈਸਲਾ ਲੈ ਲੈਣਾ ਆਹ ਜਿਹੜਾ ਅੱਜ ਕੱਲ੍ਹ ਦਾ ਵਰਤਾਰਾ ਦੇਖਿਆ ਵੀ ਅਮਿਤ ਸ਼ਾਹ ਨੇ ਖਾਪੜਾ ਦਿੱਤਾ ਮਹਾਰਾਜ ਵੀ ਕਰ ਲਾ ਕੁਛ ਨਹੀਂ ਹੁੰਦਾ ਇਹ ਵੀ ਨਹੀਂ ਹੋਣਾ ਸੀ ਨਹੀਂ ਪੰਜਾਬ ਸਰਕਾਰ ਮੈਨੂੰ ਪੂਰੇ 11 ਮਹੀਨੇ ਹੋ ਗਏ ਮੈਂ ਇੱਕੋ ਹਰੇਕ ਐਤਵਾਰ ਨੂੰ ਮੈਨੂੰ ਆ ਕੇ ਜਵਾਨ ਪੁੱਛਦੇ ਆ ਨੌਜਵਾਨ ਬਾਹਰੋਂ ਅੰਦਰੋਂ ਸਾਰੇ ਆ ਕੇ ਸਟੈਚੂ ਨੂੰ ਗਲਵੱਕੜੀ 'ਚ ਲੈ ਕੇ ਰੋਂਦੇ ਆ ਸਰ ਮੈਂ ਜਵਾਬ ਕੀ ਦੇਵਾਂ ਵੀਡੀਓ ਦੇ ਵਿੱਚ